पर्यावरण के प्रति लोगों को जागरूक करने के लिए जिला फजिलका के जलालाबाद में ट्री प्लांटेशन अभियान के तहत 10,000 पौधे लोगों को बांटे गए और साथ ही लोगों से शपथ ली कि वह इन पौधों का पालन पोषण करेंगे। इस मौके पर समाज सेवी संस्था एंटी करप्शन ब्यूरो के समूह मेंबरान ने शिरकत की और इस अभियान की शुरुआत जलालाबाद के SDM पृथ्वी सिंह द्वारा की गई। इस मौके पर SDM जलालाबाद ने कहा कि पर्यावरण को बचाना बहुत जरूरी है। जलालाबाद नूं टप जांदे ने इमीजिएटली, जेकर शुरुआत एंटी करप्शन सैल वालिया ने की है, मैं इनू चंगा आगाज समझदा। इन्हां दे नाल बड़े नौजवान जुड़े हुए ने, सारे पिंडां च जाके शहरां च जाके जिथे जिथे भी रहिंदे ने उहदे नेड़े दे आला दुआला ठीक करनगे सारे। जिथे भी सानूं लगदा ना कि थां इत्थे लाया जा सकदा बूटा, उत्थे लाउणगे। प्राण मेरे कोल कीते सारिआं ने, हर इहदी संभाल करनगे। सिर्फ लाउणा जरूरी नहीं हैगा जां बंडणा जरूरी नहीं हैगा। 10,000 दा जिन्हां मेरे कोल कंसैप्ट लिया हैगा करन दा कम, ਅਤੇ ਮੈਂ ਇਹਨਾਂ ਕੋਲੋਂ ਇਹ ਗਿਣਤੀ ਵੀ ਲਊਂਗਾ, ਨਾਲ ਬੰਦਿਆਂ ਦੀ ਦੇਖੂੰਗਾ ਸੰਭਾਲ ਕਿਵੇਂ ਕਰਦੇ ਨੇ। ਔਰ ਮੈਂ ਉਮੀਦ ਕਰਦਾ ਵੀ ਜਿਸ ਤਨਦੇਹੀ ਨਾਲ ਲੱਗੇ ਨੇ, ਸੋਸ਼ਲ ਈਵਲ ਦੇ ਅਗੇਂਸਟ ਸਮਾਜਿਕ ਬੁਰਾਈਆਂ ਦੇ ਵਿਰੁੱਧ ਕੰਮ ਕਰ ਰਹੇ ਨੇ, ਆਹ ਜਿਹੜਾ ਬੜਾ ਜ਼ਰੂਰੀ ਕਾਜ ਹੈ ਜਿਹੜਾ ਹੈਗਾ ਸਾਡਾ ਵਾਤਾਵਰਣ ਨੂੰ ਸੰਭਾਲਣ ਦਾ। ਔਰ ਪੰਜਾਬ ਸਰਕਾਰ ਨੇ ਤਾਂ ਕਿਉਂਕਿ ਤੰਦਰੁਸਤ ਪੰਜਾਬ ਦੇ ਚੱਲਿਆ, ਇਸ ਗੱਲ ਨੂੰ ਬੜਾ ਤਰੀਕੇ ਨਾਲ ਲਿਆ ਹੋਇਆ, ਬੜਾ ਸੰਤੁਸ਼ਟੀਜਨਕ ਕਾਰਜ ਵੀ ਹੋ ਰਿਹਾ ਸਾਰੇ ਪਾਸੇ। ਉਹਦੇ ਜਿਹੜੀ ਇਹਨਾਂ ਦੀ ਮਦਦ ਹੈ ਉਹ ਮੈਂ ਇੱਕ ਬੜਾ ਸਾਰਥਕ ਕਦਮ ਸਮਝਦਾ ਔਰ ਕਾਮਨਾ ਕਰਦਾ। ਪਰਮਾਤਮਾ ਅੱਗੇ ਅਰਦਾਸ ਵੀ ਕਰਦਾ ਵੀ ਇਸ ਕਾਰਜ ਨੂੰ ਇਹਨਾਂ ਨੂੰ ਇਸੇ ਤਰ੍ਹਾਂ ਬਾਬੂ ਜੀ ਸਮਤ ਬਖਸ਼ ਕੇ ਅੱਗੇ ਵੀ ਤੋਰਨ। ਅਤੇ ਹੋਰ ਅੱਜ ਜੋ ਅਸ਼ੋਕ ਜੀ ਨੇ ਮੁਹਿੰਮ ਆਗਾਜ਼ ਕੀਤੀ ਹੈ, ਇਹ ਆਮ ਮੁਹਿੰਮ ਵਰਗੀ ਮੁਹਿੰਮ ਨਹੀਂ ਹੈ ਕਿ ਬੂਟੇ ਵੰਡਣਾ। ਇਹ ਬੂਟੇ ਇਹਨਾਂ ਨੇ ਕਰੀਬ 10,000 ਅਡੋਪਟ ਕਰਨ ਵਾਸਤੇ ਜੋ ਉਪਰਾਲਾ ਕੀਤਾ ਹੈ, 10,000 ਆਦਮੀਆਂ ਨੇ 10,000 ਬੂਟਿਆਂ ਨੂੰ ਉਹ ਅਡੋਪਟ ਕਰਨਗੇ, ਉਸਦੀ ਪਰਵਰਿਸ਼ ਕਰਨਗੇ, ਉਸਦੀ ਸੰਭਾਲ ਕਰਨਗੇ, ਉਸਨੂੰ ਵਿਰਕਸ਼ ਰੂਪ ਬਣਾਉਣਗੇ। ਇਸ ਉਪਰਾਲੇ ਦੇ ਨਾਲ ਇਹਨਾਂ ਨੇ ਜੋ ਮੁਹਿੰਮ ਸ਼ੁਰੂ ਕੀਤੀ ਹੈ 10,000 ਪਲਾਂਟਸ ਦੀ, ਬੜੀ ਵੱਡੀ ਹੈ। ਇਸ ਦੀ ਅੱਜ ਆਹਾਜ਼ SDM ਸਾਹਿਬ ਨੇ ਆਪਣੇ ਘਰ ਕਮਲਾਂ ਨਾਲ ਕੀਤੀ ਹੈ। ਇਹ ਇੱਕ ਇਨਵਾਇਰਮੈਂਟ ਦਾ ਬੜਾ ਵੱਡਾ ਉਪਰਾਲਾ ਹੈ। ਇਹ ਪੋਲਿਊਸ਼ਨ ਦੇ ਅਗੇਂਸਟ ਪਹਿਲਾਂ ਹੀ ਫਾਈਟ ਕਰ ਰਹੇ ਹਨ। ਪੋਲਿਊਸ਼ਨ ਦੇ ਫਾਈਟ ਦੇ ਨਾਲ ਨਾਲ ਪੋਲਿਊਸ਼ਨ ਨੂੰ, ਵਾਤਾਵਰਨ ਨੂੰ ਤੰਦਰੁਸਤ ਕਰਨ ਦੇ ਵਿੱਚ ਜੋ ਦਰਖਤ ਹੀ ਇੱਕ ਮੇਨ ਧੁਰਾ ਹੁੰਦੇ ਹਨ, ਉਹਨਾਂ ਨੂੰ ਵੀ ਇਸ ਲਾਈਨ ਨੂੰ ਵੀ ਇਹ ਤਾਕਤਵਰ ਕਰ ਰਹੇ ਹਨ। ਜੋ ਇਹਨਾਂ ਦਾ ਲਾਈਫ ਦਾ ਮੋਟੋ ਹੈ ਕਿ ਪ੍ਰਦੂਸ਼ਣ ਫਰੀ ਏਰੀਆ ਬਣੇ, ਇਹ ਬੜਾ ਵੱਡਾ ਮੋਟੋ ਹੈ। ਪ੍ਰਦੂਸ਼ਣ ਚਾਹੇ ਮਨਾਂ ਵਿੱਚ ਹੈ ਚਾਹੇ ਬਾਹਰ ਹੈ, ਸਦਾ ਹੀ ਹਾਨੀਕਾਰਕ ਹੈ। ਅੰਦਰ ਦਾ ਪ੍ਰਦੂਸ਼ਣ ਇਨਸਾਨੀਅਤ ਨੂੰ ਖਾ ਜਾਂਦਾ ਹੈ, ਜਿਹੜਾ ਕਿ ਹਮਾਨੀਅਤ ਇਨਸਾਨ ਰੂਪ ਧਾਰਨ ਕਰ ਲੈਂਦੀ ਹੈ। ਅਤੇ ਇਹੀ ਅਰਦਾਸ ਹੈ ਕਿ ਇਹ ਜੋ ਬਾਹਰਲਾ ਪ੍ਰਦੂਸ਼ਣ ਨੂੰ ਖਤਮ ਕਰਨ ਦਾ ਉਪਰਾਲਾ ਕਰ ਰਹੇ ਹਨ। ਜਾਗਤੀ ਲੜਕੀ ਲਈ ਜਲਾਲਾਬਾਦ ਸੇ ਅਰਵਿੰਦਰ ਤਨੇਜਾ ਕੀ ਰਿਪੋਰਟ।